हेलो फ्रेंड्स, वेलकम टू माई यूट्यूब चैनल सारे सत श्रीकाल जी। तो अच्छा साढ़े नाल कुछ इस सच कारण लगे हैं कि अपने चैनल पर 1000 सबसक्राइबर कंप्लीट हो गए हैं, तो इसलिए साढ़ा सारे का बहुत बहुत थैंक यू। तो इस तरह अपना प्यार बनाए रखो, तो ताकि आप अपने परिवार में होर मैंबर भी ऐड हो सकन। तो हुण आपां जिहड़ी पेंटिंग पीकॉक शुरू की थी उसका यह तीसरा पार्ट है, तो इस रूम का मेकओवर भी जल्द ही आऊगा। तो पर इसकी वीडियो हले सुन चाहिए क्योंकि पहले शिवरात्रि की वीडियोज़ आनी है। तो बस ये आप कि इसकी डिजाइनिंग कंप्लीट कर दे रही है कि जो पेंटिंग का काम है इस खत्म हो जाए। तो पीकॉक पेंटिंग के बाद फिर सूँ इसकी विंडो भी नाल दिखाऊंगा, शेयर करूँगा इसकी विंडो से भी मैं डिजाइन किया है। तो उम्मीद है सूँ जरूर पसंद आऊगा, वो अच्छे सूँ इस वीडियो से शेयर किया जाऊगा। तो पहले आप उसको तैयार कर लीए पीकॉक को, फिर आप विंडो भी दिखा देवे। तो एक बार फिर तो थोड़ा सारे का बहुत बहुत थैंक यू, जो कि आप सबसक्राइबर कंप्लीट 1000 सबसक्राइबर कंप्लीट कर रहे हैं। तो इस तरह आप इस वाइट डिजाइन करना है, इदा मैं इस गार्डन तक किया है। तो इस तरह इस आप पहले इस तरह ड्रॉ कर लेना है। ये इतने मैं डिजाइन क्रिएट किया है, बाकी इसको फिल करते हैं तो फिर थानू दिखाने हैं। तुम कोई भी डिजाइन इतने यूज कर सकते हैं, जो भी थानू डिजाइन आता है, थानू कुछ भी आता है कि जो थानू माइंड च है वो यूज कर सकते हैं। इस तरह डिजाइन करना है इस दे अंदर। इस तरह सर आप इस सारा बनाना है। सारा फिल करके थाने दिखाने कि बनता। आप इस तरह फिल करके इस डॉट्स लगाने, इस तरह इसको ज्वाइन करी जाना है, तो डॉट्स लगाई जाने हैं। होर कलर लैके आप इस प्लॉट्स लगा देने हैं। तो इस तो बाद इन्हें थोड़ा जहा हाईलाइट करना है, बड़े करने हैं कह लो ता कि जरा पीकॉक शेप च आ जाए, फीदर शेप च। तो बाकी उस उत्ते मैं आर्ट बना के इसका गर्दन के डिजाइन बनाया से। तो इस विच मैं डिजाइन फिल करता है, तो इस विच मैं डॉट्स लगाते वाइट विच कलर ना, तो डिजाइन बनाता है। तो बाकी इसके फीदरस आप इस तरह ब्लू कलर लेके थोड़ी स्पेस छड़ के प्रॉपर शेप दे देनी है। तो ओके
ਅਤੇ ਆਹ ਜਿਹੜੀ ਆਪਣਾ ਬਣਾਈ ਸੀ ਇਹਨੂੰ ਆਪਾਂ ਬਲੂ ਕਲਰ ਨਾ ਫਿਲ ਕਰਾਂਗੇ ਕਲਗੀ ਨੂੰ, ਕਿਉਂਕਿ ਇਹ ਦਿਸਣੀ ਚਾਹੀਦੀ ਹੈ, ਵਾਈਟ ਦਿਸ ਨਹੀਂ ਸੀ ਰਿਹਾ। ਬਸ ਹਲਕਾ ਜਿਹਾ ਕਰਨਾ, ਇੰਨਾ ਡਾਰਕ ਨਹੀਂ, ਉਹਦੇ ਨਾਲ ਥੋੜ੍ਹਾ ਲਾਈਟ ਕਲਰ ਰੱਖਣਾ ਹੈ ਪੀਕੋਕ ਨਾਲ। ਅਤੇ ਇਸ ਤਰ੍ਹਾਂ ਹੀ ਆਪਾਂ ਇਸ 'ਤੇ ਬਾਕੀ ਫਿਰ ਇਸ 'ਤੇ ਡਿਜ਼ਾਇਨ ਬਣਾ ਕੇ ਅਤੇ ਇਸ ਦੀਆਂ ਲੈਗਸ ਜਿਹੜੀਆਂ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਅਤੇ ਇਸ ਜਿਹੜੀ ਇਸ ਦੀ ਸੈਕਿੰਡ ਲੈਗ ਆ ਉਸਨੂੰ ਆਪਾਂ ਇਸ ਤਰ੍ਹਾਂ ਕਰੋਸ ਕਰਨਾ ਹੈ। ਇਸ ਤਰ੍ਹਾਂ ਕਰੋਸ ਕਰ ਦੇਣਾ ਹੈ, ਓਕੇ। ਅਤੇ ਆਪਾਂ ਇਸਨੂੰ ਸਾਰਾ ਲਾਈਨ ਇਕੁਅਲ ਕਰ ਦੇਣੀ ਹੈ ਇਹਦੀਆਂ ਕਿ ਕੋਈ ਐਜਸ ਨਾ ਰਹੇ, ਅਤੇ ਬਾਕੀ ਇਸ 'ਤੇ ਪੈਰ ਬਣਾ ਕੇ ਤੁਹਾਨੂੰ ਹਾਲ ਲਵਾਂਗੇ। ਉਹ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਕਿੱਦਾਂ ਬਣਾਉਣੇ। ਅਤੇ ਸਿੰਪਲ ਇਸ ਵਿੱਚ ਬਾਈਟਸ ਡੋਟਸ ਲਗਾ ਦੇਵਾਂਗੇ ਇੱਥੇ ਇੱਥੇ, ਓਕੇ, ਇੱਦਾਂ ਬਣਾਉਣੇ ਆ। ਅਤੇ ਬਾਕੀ ਹੁਣ ਸਾਨੂੰ ਬਣਾ ਕੇ ਦਿਓ ਇਹ ਕਿੱਦਾਂ ਲੱਗ ਰਿਹਾ ਪੂਰਾ ਬਣੇ 'ਤੇ। ਪੀਕੋਕ ਪੇਂਟਿੰਗ ਤੁਸੀਂ ਦੇਖ ਚੁੱਕੇ ਆ, ਅਤੇ ਇਹ ਹੈ ਆਪਣੀ ਵਿੰਡੋ ਦੀ ਪੇਂਟਿੰਗ ਜੋ ਆਪਾਂ ਡਿਜ਼ਾਇਨ ਕੀਤਾ ਆ, ਅਤੇ ਮੇਰੇ ਸਾਨੂੰ ਜ਼ਰੂਰ ਪਸੰਦ ਆਊਗਾ। ਅਤੇ ਇਸਨੂੰ ਫੀਦਰ ਲਈ ਸ਼ੇਪ ਦੇਣ ਲਈ ਬ੍ਰਸ਼ 'ਤੇ ਹਲਕਾ ਜਿਹਾ ਬਲੂ ਕਲਰ ਲੈਣਾ ਆ ਆਪਾਂ ਨੇਵੀ ਹੋਈ, ਅਤੇ ਬਸ ਇਸਨੂੰ ਸਪੋਂਜ ਇੱਦਾਂ ਦਾ ਡਿਜ਼ਾਇਨ ਕਰਨਾ ਆ। ਮੈਂ ਤੁਹਾਨੂੰ ਉੱਤੇ ਕਰਕੇ ਦਿਖਾ ਦਿੰਦਾ, ਇੱਦਾਂ 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 ਇਸਨੂੰ ਬਸ ਰੋਸ਼ਨ ਆਪਾਂ ਨਾਰੇ 'ਤੇ ਕੰਟੀਨਿਊ ਕਰੀ ਜਾਣਾ, ਅਤੇ ਫੇਰ ਬਣੀ ਜਾਣਾ ਹੈ ਆਪਣਾ। ਓਕੇ, ਅਤੇ ਇਹ ਇਸ ਤਰ੍ਹਾਂ ਲੱਗਣਾ ਆ, ਅਤੇ ਇਸ ਤਰ੍ਹਾਂ ਇਸ 'ਚ ਆਪਾਂ ਥੋੜ੍ਹਾ ਵਾਈਟ ਵੀ ਯੂਜ਼ ਕਰਾਂਗੇ ਬਾਅਦ 'ਚੋਂ, ਅਤੇ ਬਾਕੀ ਤੁਹਾਨੂੰ ਬਣਾਏ ਤੇ ਦਿਖਾਉਣੇ। ਅਤੇ ਇਹ ਹੋ ਗਿਆ ਆਪਣਾ ਪੀਕੋਕ ਪ੍ਰਿੰਟਿੰਗ ਰੈਡੀ। ਅਤੇ ਆਹ ਜਿਹੜੇ ਇਸ ਦੀਆਂ ਦੋ ਚੀਜ਼ਾਂ ਹੈ ਮੈਂ ਥੋੜ੍ਹੀਆਂ ਸਿੰਪਲ ਰੱਖੀਆਂ ਆ, ਅਤੇ ਬਾਕੀ ਮੈਂ ਇਸਨੂੰ ਥੋੜ੍ਹਾ ਫਿਲ ਕਰਤਾ ਆ ਕਲਰਸ ਦੇ ਦੇ, ਅਤੇ ਇਸ ਵਿੱਚ ਮੈਂ ਬਲੂ ਅਤੇ ਵਾਈਟ ਮਿਕਸ ਕਰਕੇ ਕਲਰ ਬਣਾਏ ਸੀਗੇ, ਬਲੂ ਅਤੇ ਵਾਈਟ ਕਲਰ ਨੂੰ ਮਿਕਸ ਕਰਕੇ, ਅਤੇ ਲਾਈਟ ਡਾਰਕ ਦਾ ਕੋਂਬੀਨੇਸ਼ਨ ਦਿੱਤਾ ਸੀਗਾ। ਤੁਸੀਂ ਲੈਗਸ 'ਤੇ ਮੈਂ ਡੋਟਸ ਲਗਾਤੇ ਸੀਗੇ, ਅਤੇ ਇਹ ਕੁਛ ਇਸ ਤਰ੍ਹਾਂ ਬਣਿਆ ਆ। ਅਤੇ ਜਿਹੜੀ ਤੁਸੀਂ ਕਹਿੰਦੇ ਆ ਵਿੰਡੋ, ਉਹ ਹਾਂਜੀ ਵਿੰਡੋ ਵੀ ਦਿਖਾਉਣਾ ਤਾਂ ਮੈਂ ਠੁਕੋ ਕਮੈਂਟ ਇਹ ਹੈ ਉਹ ਵਿੰਡੋ, ਅਤੇ ਇਸ ਉੱਤੇ ਮੈਂ ਡਿਜ਼ਾਇਨ ਨਾਲ ਦਾ ਕਰਤਾ ਆ, ਅਤੇ ਇਸ ਨੂੰ ਮੈਂ ਮੈਚ ਕੀਤਾ ਆ ਉਸੇ ਕਲਰ ਨਾਲ। ਅਤੇ ਇਸ ਵਿੱਚ ਦੇ ਜਿਹੜਾ ਸਾਡਾ ਲੋਐਸਟ ਪਾਰਟ ਆ ਉਹ ਤੁਹਾਨੂੰ ਮੈਂ ਇਹਦੇ 'ਚ ਨਹੀਂ ਦਿਖਾਉਣਾ, ਉਹ ਤੁਹਾਨੂੰ ਮੈਂ ਜਦੋਂ ਇਹ ਰੂਮ ਦਾ ਟੂਰ ਆਊਗਾ ਨਾ ਉਹ ਤੁਹਾਨੂੰ ਦਿਖਾਊਂਗਾ। ਅਤੇ ਇਹ ਉਹ ਵਿੰਡੋ, ਅਤੇ ਇਹ ਕੁਛ ਇਸ ਤਰ੍ਹਾਂ ਮੈਚ ਹੋ ਰਿਹਾ ਹੈ ਨਾ, ਇੱਕ ਮਿੰਟ, ਜੀ ਹਾਂ ਕੁਛ ਇਸ ਤਰ੍ਹਾਂ ਮੈਚ ਹੋ ਰਿਹਾ ਆ ਕਲਰ। ਅਤੇ ਜਦੋਂ ਇਹ ਰੂਮ ਦਾ ਸਾਰਾ ਡੈਕੋਰੇਸ਼ਨ ਜਾਂ ਸਾਰਾ ਕੁਛ ਹੋ ਜੂਗਾ, ਕੰਪਲੀਟ ਵਰਕ ਹੋ ਜੂਗਾ, ਅਤੇ ਫਿਰ ਮੈਂ ਤੁਹਾਨੂੰ ਇੱਦਾਂ ਟੂਰ ਦਿਖਾਊਂਗਾ। ਓਕੇ, ਅਤੇ